ਜਨਾਬ ਮਾੜੀ ਕੋਈ ਤਾਈਦ ਨਾ ਵੀ ਕਰੇ ਤਾਂ ਮੈਂ ਗੁਜ਼ਰੀ ਆ ਟੋਟਲ ਚਾਰ ਚਾਰ ਸ਼ੇਰ ਪੜਸਾਂ ਟੋਟਲ ਚਾਰ ਚਾਰ ਸ਼ੇਰ ਲੇਕਿਨ ਯੱਕੇ ਬਾਅਦ ਦੀਖ ਰਹੇ ਸ਼ੇਰ ਛੋੜਨੇ ਤੋਂ ਬਾਅਦ ਉਸੇ ਲੈ ਸ਼ੇਰ ਆਈ ਨਵੀਂ ਗੱਲ ਚੌਧਰੀ ਨਾਲ ਕੀਤੀ ਆ ਨਵੀਂ ਨਹੀਂ ਕੀਤੀ ਮੈਂ ਤਾਂ ਕਿਹਾ ਸਾਹਿਬ ਤੁਸਾਂ ਵੀ ਸ਼ੇਰ ਖਾਨ ਹੋ ਮੈਂ ਵੀ ਹਾਂ ਉਸੇ ਤਰ੍ਹਾਂ ਮੈਂ ਵੀ ਪੜਨਾ ਇੱਕ ਇੱਕ ਸ਼ੇਰਾ ਨਹੀਂ ਅੱਧਾ ਅੱਧਾ ਘੰਟਾ ਸਭ ਕੋਲ ਰਿਕਾਰਡ ਆ ਇਹਨਾਂ ਨੇ ਤਸ਼ਰੀ ਹੋਈ ਇੱਕ ਸ਼ੇਰਾ ਨਹੀਂ ਆਦਮੇ ਅਵਲ ਨੂੰ ਖੈਰ ਪਾ ਕੇ ਨਿਗਾਹ ਖੈਰ ਵੀ ਸਾਈਏ ਇਰਫਾਨ ਕਰ ਗਈ ਉਧਰ ਸਦੀਆਂ ਦੇ ਸਜਦਾ ਗੁਜ਼ਾਰ ਤਾਈ ਮਾਰ ਸ਼ਰ ਦੀ ਮਾਰ ਸ਼ੈਤਾਨ ਕਰ ਗਈ ਨੇਕੀ ਕੀਤਾ ਤਸਰਫ ਤੇ ਕੁਫਰ ਵਿੱਚ ਆਤਮ ਦਾਈ ਜੇ ਤੈਨਾ ਜਵਾਨ ਕਰ ਗਈ ਹਜ਼ਰ ਬਦੀ ਗਲਬਾ ਇਖਤਿਆਰ ਕਰਕੇ ਮੇਰੇ ਮਕਸਦ ਹੈ ਇਸਮੇ ਵਫਾ ਮੁਜ਼ਦਰ ਤੂੰ ਸਰ ਦੇ ਕੇ ਇਸਮੇ ਸਵਾਰ ਦਾ ਚੱਲ ਜਨਾਬ ਕਰਮ ਅੰਮ੍ਰਿਤਸਰੀ ਫਰਮਾਇਨ ਕੇ ਮੁਕਾਮੇ ਅਰਵਾਜ ਦੀ ਬਾਤ ਕਿ ਮੈਂ ਸ਼ਾਹ ਮਰਦੂਰ ਦਾ ਸਵਾਲ ਕੀਤਾ ਇਸ ਵਕਤ ਉਹ ਜ਼ੇਰੇਦਾਰ ਸਵਾਲ ਕੀਤਾ ਜਿਹੜੀ ਤੁਸੀਂ ਆਲਲ ਹੱਕ ਨੂੰ ਸਦਾ ਕੀਤੀ ਹੈ ਇਹ ਦੁਨੀਆ ਬਸ ਬਹੁਤ ਹੀ ਮੁਸ਼ਕਲ ਸੀ ਇਹ ਨਹੀਂ ਚੱਲ ਸਮਝ ਸਕੇ ਸਰਕਾਰ ਤੁਸਾਂ ਕਦੇ ਮਸਜਿਦ ਔਰ ਮੈਂਬਰ ਵਿੱਚ ਤਾਂ ਬੈਠ ਗਿਆ ਸਦਾ ਕਰਨੇ ਵਾਸਤੇ ਗੱਲ ਮੰਨਣ ਵਾਲੀ ਸੀ ਤਾਂ ਸਰਕਾਰ ਨੂੰ ਫਰਮਾਇਣ ਇਹ ਬਾਤ ਨਹੀਂ ਸੁਣ ਲੈਣ ਵਾਲੀ
ਛੁਪਾ ਕੇ ਰੱਖਦਾ ਮੈਂ ਨਾ ਮੈਂ ਨਾ ਦੁਨੀਆ ਸੀ ਰਹਿਣ ਵਾਲੀ ਮਸਜਿਦ ਵਿੱਚ ਬਹਿ ਕੇ ਮਿੰਬਰ ਤੇ ਬਹਿ ਕੇ ਤੇ ਗੱਲ ਮੈਂ ਕਿਸ ਤਰ੍ਹਾਂ ਆਖਾਂ ਜਿਹੜੀ ਗੱਲ ਦਰ ਤੇ ਕਹਿਣੀ ਵਾਲੀ ਸੀ ਹੱਥ ਤਾਂ ਫਿਰ ਨਾ ਹੋਇਆ ਕਰਾਂ ਮਿੰਬਰ ਤੇ ਕਿਸ ਤਰ੍ਹਾਂ ਆਖਦਾ ਮੈਂ ਜਿਹੜੀ ਗੱਲ ਸੀ ਦਰ ਤੇ ਕਹਿਣ ਵਾਲੀ ਸੀ ਟੋਟਲ ਚਾਰ ਚਾਰ ਸ਼ੇਰ ਪੜਸਾਂ ਬੋਲੇ ਟੋਟਲ ਚਾਰ ਚਾਰ ਸ਼ੇਰ ਲੇਕਿਨ ਯੱਕੇ ਬਾਅਦ ਦੀ ਗਰੇ ਸ਼ੇਰ ਛੋੜਨੇ ਤੋਂ ਬਾਅਦ ਉਸਨੇ ਲੈ ਸ਼ੇਰ ਜੀਓ ਨਵੀਂ ਨਹੀਂ ਕੀਤੀ ਮੈਂ ਤੱਕਿਆ ਸਭ ਤੁਸਾਂ ਵੀ ਸ਼ੇਰਖਾਨ ਹੋ ਮੈਂ ਵੀ ਹਾਂ ਉਸਾ ਤਰ੍ਹਾਂ ਮੈਂ ਵੀ ਪੜ੍ਹਨਾ ਇੱਕ ਇੱਕ ਸ਼ੇਰਾਂ ਨਹੀਂ ਅੱਧਾ ਅੱਧਾ ਘੰਟਾ ਸਭ ਕੋਲ ਰਿਕਾਰਡ ਹੈ ਇਹਨਾਂ ਦੀ ਤਸ਼ਰੀਹ ਹੋਈ ਇੱਕ ਸ਼ੇਰਾਂ ਦੀ ਤਸ਼ਰੀਹ ਹੋਈ ਹੋਈ ਹੁਣ ਵੀ ਮੈਂ ਕਰਨਾ ਆ ਹੁਣ ਨਾ ਕਰਨਾ ਚੋਰੀ ਸਾਹਿਬ ਆਪਣੇ ਨੰਬਰ ਇੱਕ ਮਿੰਟ ਇੱਕ ਆਪਣੇ ਨਾਮ ਆਪਣੇ ਨੰਬਰ ਉੱਪਰ ਅਸੀਂ ਆਈਡੀ ਤੇ ਨੰਬਰ ਹੀ ਦੱਕੋ ਨਹੀਂ ਕੋ ਦਾਣਾ ਦਾ ਮੇਲਾ ਨਹੀਂ ਇਹ ਦਾਣਾ ਦਾ ਮੇਲਾ ਨਹੀਂ ਜਿਸ ਕਿੰਡ ਤੇ ਚੱਲ ਗਿਆ ਸੀ ਤੁਸੀਂ ਪੁਰਾਣੇ ਸੰਸਾਰ ਆਮ ਨਾਲ ਬੋ ਹਰ ਬੰਦਾ ਤੁਹਾਡੀ ਤਾਇਦ ਕਰਨਾ ਤੁਸੀਂ ਆਰਾਮ ਨਾਲ ਬੋ ਜਨਾਬ ਮਾੜੀ ਕੋਈ ਤਾਇਦ ਨਾ ਵੀ ਕਰੇ ਤਾਂ ਵੀ ਮੈਂ ਗੁਜ਼ਰੀਆ ਸਰਕਾਰ ਦੇ ਉਹਨਾਂ ਦੀ ਕੋਲੀ ਆ ਇਹ ਗੱਲ ਚਾਹਣਾ ਤੇ ਜੱਕੇ ਬਾਸੀ ਗਰੇ ਜਾਈ ਛੇੜਾ ਹੋ ਜੇ ਦਿਹਾੜਾ ਵੀ ਰੱਖਣੇ ਹੋ ਸ਼ੇਰ ਹੀ ਪੜਨੇ ਨਾ ਸਭ ਕੁੱਲਾ ਨਹੀਂ ਕੁੱਲਾ ਨਹੀਂ ਅਸਾਂ ਆਪਣੇ ਟਾਈਮ ਵਿੱਚ ਪੜਨੇ ਸ਼ੇਰ ਹੀ ਨਾ ਤੁਹਾਡਾ ਦਿਲ ਆ ਤੇ ਜਿਸ ਤਰ੍ਹਾਂ ਮੈਂ ਪੜਨਾ ਹੀ ਸਾਥ ਤੁਸੀਂ ਪੜਨਾ ਜਿਸ ਤਰ੍ਹਾਂ ਦਿਲ ਕਰੇ ਸਰ ਸ਼ੇਰ ਮਾਰ ਕਰਨਾ ਕਰਨਾ ਉਸ ਸ਼ੇਰ ਪੜਨਾ ਹੋ ਗਿਆ
ਮੇਰੇ ਬਹੁਤ ਪਿਆਰੇ ਸਾਥੀ, ਮੇਰੇ ਬਜ਼ੁਰਗ, ਇਹਨਾਂ ਜ਼ਮਾਨਾ ਗੁਜ਼ਾਰੀ ਛੋੜਿਆ ਸੀ, ਸਵਾਰਾ ਰੁੱਤ ਤੇ ਨਹੀਂ ਗਿਆ। ਮਤਲਬ ਆਪਣੇ ਨਾਲਾਂ ਨੇ ਕਈ ਚਿਹਰਾ ਹੋਈ ਜੇ। ਇਹ ਬਹਿਸਾਂ, ਇਹ ਰੌਣਕਾਂ, ਇਹ ਆਸੀ ਸਾਹਿਬ ਦੀਆਂ ਮੌਜੂਦਗੀਆਂ ਮੇਰੇ ਵਾਸਤੇ ਬੜਾ ਫਖਰ ਹੈ। ਆਖਿਆ ਟੁਰਿਆ ਇਹ ਪੰਧ ਮੁੱਕਦਾ ਨਹੀਂ, ਯਾਰ ਸੱਜਣ ਦੇ ਤੇ ਰੁੜਦੇ ਆ ਤਰਨਿਆ ਸੱਜਣਾ ਗੱਲ ਲੱਗ ਕੇ ਮਿਲੀਏ ਜਵਾਰੀ ਬਾਤ ਮਰਨ ਜੇ ਮਿਲਣ ਤੂੰ ਆਇਆ ਏ ਫਿਰ ਮਿਲਣਾ ਬਾਤ ਮਰਨ ਜੇ ਮਿਲਣ ਤੂੰ ਆਇਆ ਦੱਸਿਆ ਤਨਾ ਦੁਸ਼ਮਣ ਚੰਗਾ ਬੇਵਕੂਫ ਸੱਜਣ ਮੰਦਾ। ਇਹ ਸਾਥੀਆਂ ਦੀ ਲੜਾਈ ਦੇਖ ਕੇ ਆਖੇ ਯਾ ਦੋਸਤ ਅਕਲਮੰਦ ਨਹੀਂ ਤਾਂ ਉਸਨੂੰ ਦੁਸ਼ਮਣ ਸਮਝੋ। ਬਿਸਮਿਲਾ ਜੀ ਪੈਸੇ ਜੋ ਸਾਹਿਬ ਉਹ ਦਿਲ ਭਰ ਨੂੰ ਸਭ ਸਰਕਾਰ ਵਾਲਿਆਂ ਨੂੰ ਬਾਈ ਪਹਾੜ ਉੱਤੇ ਚਾ ਦਿੱਤਾ ਮੂੰਹ ਖੂਹੇ ਦਾ ਕਜਿਆ
ਵੇਖ ਆਸ਼ਕ ਦੀ ਭੁੱਖ ਮੁਹੰਮਦ ਅਜੇ ਨਾ ਇਸ਼ਕੂ ਰਜਿਆ ਚੰਦ ਬਾਤਾਂ ਸਾਥੀਆਂ ਦੀਆਂ ਸੁਣਾਸਾਂ ਜੇ ਦਿਲਬਰ ਕੀ ਤਕਲੀਫ ਹੋਇਆ ਤਾਂ ਕੀ ਹੋਣਾ ਸ਼ਾਇਦ ਕਿ ਆਸੀ ਸਾਹਿਬ ਜੀ ਉਸ ਪ੍ਰੋਗਰਾਮ ਵਿੱਚ ਮੈਂ ਰਾਜੇ ਆਬਦ ਸਾਹਿਬ ਨਾਲ ਸ਼ੇਰ ਪੜੇ ਸੇ ਤਾਂ ਮੀਂਹ ਵੀ ਆਸੀ ਸਾਹਿਬ ਆਣੇ ਸੁਣਾਇਓ ਕਾਲ ਲੜਾ ਲਿਆ ਜਿਲ੍ਹਾ ਹੁਣ ਆਣੇ ਸੁਣਾਇਓ ਦੀਨੇ ਵਾਲਿਆ ਮੀਂਹ ਆਪਣੀ ਗੱਲ ਯਾਦ ਦੇਖਣੀ ਸੀ ਇਸ ਵਾਸਤੇ ਸੰਗੀ ਕੀ ਕੋਈ ਤਕਲੀਫ ਹੋਣੀ ਹੈ ਸਰਕਾਰਾਂ ਦੇ ਨਾ ਦਿਲ ਭਰ ਨੂੰ ਕੋਈ ਤੰਗੀ ਪਹੁੰਚੀ ਗੌਰ ਦੱਸੋ ਜੀ ਉਹ ਦਿਲ ਭਰ ਨੂੰ ਕੋਈ ਦਿਲ ਭਰ ਨੂੰ ਕੋਈ ਤੰਗੀ ਪਹੁੰਚੇ ਦਿਲ ਖੁਸਦਾ ਉਹ ਤੋੜੇ ਕਵਾਂ ਪਰ ਉਹ ਪਤਾ ਨਾ ਹੋਵੇ ਉਸਦਾ ਉਹ ਜੋ ਕਰ ਇਤਨੀ ਬੜੀ ਬਾਤ ਨਾ ਕਰਸਾਂ ਪਹਿਲੇ ਆਰਟ ਕਰ ਚੁੱਕਿਆ ਮੂੰਹ ਨਿੱਕਾ ਤੇ ਗੱਲ ਵਧੇਰੀ ਔਰ ਸ਼ੇਰ ਦੂਸਰੇ ਸ਼ੇਰ ਨਾਲੋਂ ਦੀ ਵਜ਼ਾਹਤ ਹੋ ਰਹੀ ਹੈ ਕਿਉਂ ਜਾਂ ਹਜ਼ਰਤ ਯੂਸਫ ਤਾਈਂ ਖੂਜ ਸਟਿਆ ਪਾਈਆਂ ਮਿਸਰੇ ਵਿੱਚ ਜ਼ਲੈਖਾਂ ਬੀਬੀ ਪੀੜਾ ਪਿਛਕੇ ਲਾਈਆਂ ਤੇ ਸਸੀ ਮੋਈ ਥਲਾਂ ਵਿੱਚ ਤਸੀ ਉਹ ਸਸੀ ਮੋਈ ਥਲਾਂ ਵਿੱਚ ਤਸੀ ਤੇ ਪਾ ਮੋੜ ਲਿਆਂਦਾ ਇਸ਼ਕੀਏ ਜਮ ਕੋਲੂ ਰਾਂਝੇ ਨੇ ਜਦ ਕੰਨ ਪੜਾਏ ਕੰਨ ਪੜਾਏ ਚੰਦਰਾ ਮੁਖੋ ਜਹਾਰੀ ਰੰਗਪੁਰੇ ਵਿੱਚ ਕੀਰਤ ਲਾਏ ਰੰਗਪੁਰੇ ਵਿੱਚ ਕੀਰਤ ਲਾਏ ਛਡਾਇਆ ਕਰ ਵਿੱਚ ਪਿਆਰ ਮੈਂ ਦਿੱਤਾ ਬਗਦਾ ਵਿੱਚ ਪਹਾੜਾ ਮਜਨੂ ਤਾਈ ਉਹ ਲਓ ਛੁੱਟਾ ਉਸ ਲੱਗਦਾ ਪਟ ਪਹਾੜ ਉੱਤੇ ਉਹ ਪਟ ਪਹਾੜ ਉੱਤੇ ਜਾ ਦਿੱਤਾ ਪਟ ਪਹਾੜ ਉੱਤੇ ਜਾ ਦਿੱਤਾ ਮੂੰਹ ਖੂਏ ਦਾ ਚੱਜਿਆ ਤੇ ਖਸਕ ਦੀ ਭੁੱਖ ਮੁਹੰਮਦ ਤੇ ਖਸਕ ਦੀ ਭੁੱਖ ਮੁਹੰਮਦ ਅਜੇ ਨੀ ਸਕੂਰ ਗਿਆ ਤੇ ਖਸਕ ਦੀ ਭੁੱਖ ਮੁਹੰਮਦ
ਸਾਥੀਆਂ ਦੇ ਸੰਗ ਰਲ ਮੈਂ।